ਬਹੁਤ ਸੋਹਣਾ ਫੋਟੋ ਬਣਿਆ ਪੂਰਾ। ਥੈਂਕ ਯੂ ਮੇਰੀ ਜਾਨ। ਟੋਜਨ ਵੀ ਲੈ ਆਂਦਾ ਜੀ ਆਪਾਂ। ਲੀਵਰ ਵੀ ਇਹਦੇ ਨਾਲ ਭੈਣ ਦੇ ਯਾਰ ਆ ਗਈ ਪਾਈ ਜਨਾਂ ਅੰਦਰ। ਚੱਲ ਜੇ। ਹੋਇਆ ਫਰੈਂਡਸ਼ਿਪ। ਫੋਟੋ ਸ਼ੂਟ ਲੱਗੇ ਕਰਨ ਬਾਪੂ ਨੇ ਪਾਲਿਆ ਕਾਲਾ ਕੁੜਤਾ। ਸਿਰ ਦੇ ਵੀ ਦਿਲੀ ਹਰਗਾ। ਥੈਂਕ ਯੂ ਭਰਾ ਇਨਾ ਪਿਆਰ। ਤੇ ਮੈਂ ਪੜਨ ਲਿਆ ਕਮੈਂਟ। ਗੁਰੂਆ ਤੁਸੀਂ ਦਿਵਾਲੇ ਹੋ ਗਏ ਮੁੰਡੇ ਦੇ ਆਉਂਦੇ ਹੈ। ਮੈਨੂੰ ਪੱਕਾ ਹੀ ਆ ਗਿਆ ਬੈਗ। ਉਹ ਦਿਨ ਯਾਦ ਆ ਗਏ ਮੈਨੂੰ। ਇੱਦੀ ਗੱਡੀ ਭਿਉਂਦੇ ਨਾ ਗੁਰੂਆ ਦੇ। ਨਹੀਂ ਰੋਟੀ ਦੇ ਦੇ ਮੈਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਅੱਜ ਦਾ ਵਲੌਗ ਵੇਖੋ ਕੀ ਬਣਦਾ। ਸੋਚਿਆ ਤਾਂ ਬੜਾ ਕੁਝ ਆ। ਸੋਚਿਆ ਇਹ ਆ ਕਿ ਅੱਜ ਪਾਵਾਂਗੇ ਟੋਚਨ। ਐਂ ਮਾਤਾ ਅੱਡੀ ਵੇਖੀ ਜਾਂਦੀ ਕਿ ਕਿਹੜਾ ਟੋਚਨ ਪਾ ਦੇਣਾ ਮੈਨੇ। ਸਤਿ ਸ੍ਰੀ ਅਕਾਲ ਮਾਤਾ। ਸਤਿ ਸ੍ਰੀ ਅਕਾਲ। ਠੀਕ ਆ। ਲਵ ਯੂ ਕਹਿੰਦੇ ਸਾਰਿਆਂ ਨੂੰ ਇੱਕ ਨਾ। ਬਹੁਤ ਪਿਆਰ ਕਰਦੇ ਆਪਾਂ ਨੂੰ। ਸਾਰਿਆਂ ਨੂੰ ਲਵ ਵੀ। ਸਰਪੰਚ ਸਾਹਿਬ ਆਪ ਤਾਂ ਜਿੰਮ ਜਾਂਦੇ ਨਹੀਂ ਆ ਤੇ ਪਰ ਮੈਨੂੰ ਤਿਆਰ ਤੂੰ ਕਰਕੇ ਭੇਜ ਦਿੰਦੇ ਆ। ਸ਼ੇਕਰ ਫੜ ਲਿਆ ਸਰਪੰਚ ਨੇ ਤੇ ਹੁਣ ਇਹਨੇ ਗੱਡੀ 'ਚ ਮੇਰਾ ਸਮਾਨ ਰੱਖ ਦੇਣਾ ਸਾਰਾ। ਜਿਮ ਵਾਲਾ ਸਬਦਾ ਪਤਾ ਆਪਣਾ ਪ੍ਰੋਟੀਨ ਜਿਮ ਵਾਲਾ ਬੈਗ ਅਤੇ ਗੱਡੀ 10 ਮਿੰਟ ਪਹਿਲਾਂ ਸਟਾਰਟ ਕਰਤੀ ਸੀ। ਇਹਨੂੰ ਲੱਗਿਆ ਪਤਾ ਕਿ ਭੱਜ ਨੇ ਜਾਣਾ ਜਿਮ। ਆਪਾਂ ਫਿਰ ਰੱਬ ਦਾ ਨਾਂ ਲੈ ਕੇ ਅਤੇ ਹੁਣ ਨਿਕਲ ਲੱਗਿਆ ਜਿਮ ਨੂੰ। ਬਾਕੀ ਵੇਹਨੇ ਕੀ ਮਾਹੌਲ ਪਾਉਂਦਾ ਅੱਜ। ਇਹਨੂੰ ਪੁੱਛਦਾ ਭਲਾ ਮੈਂ ਕੀ ਟੋਚਨ ਲੱਭ ਲਿਆ ਫਿਰ ਬੈਲਟ ਵਾਲਾ ਲਿਆ। ਮੈਨੂੰ ਫੋਟੋ ਭੇਜੀ ਠੀਕ ਹੈ। ਤੂੰ ਕੁੱਤੇ ਦਾ ਸਮਾਨ ਹੀ ਲੈ ਕੇ ਆਉਣਾ ਜਾਂ ਗੁਰੀ ਮੰਗਾ ਲਾ। ਉਹ ਸਰਵਿਸ ਕਰਾਉਣ ਗਿਆ ਗੱਡੀ ਦੀ ਨਾ। ਆਹੋ ਉਹ ਉਹਦੇ ਕੋਲ ਮੰਗਾ ਲਾ ਉਹਨੂੰ ਕਹਿ ਆਪਣਾ ਆਉਂਦੀ ਨਾ ਫੜੀ ਲਿਆਈ। ਬਾਪੂ ਜੀ ਚੱਲਿਆ। ਅੱਛਾ ਉਹ ਵੀ ਖਲਾਰਾ ਪਿਆ ਇੱਧਰ। ਕੱਲ੍ਹ ਸ਼ੀਸ਼ੇ ਕਾਲੇ ਕਰਾਏ ਗੱਡੀ ਦੇ। ਆਹ ਹੁਣ ਸਾਫ਼ ਸਫਾਈ ਕਰਾਂਗੇ। ਚੱਲ ਵੀ ਰਾਣੀਏ ਅੱਜ ਤੇਰੇ ਤੋਂ ਜਿੰਮ ਜਾਣਾ ਸੀ। ਚੱਲ ਚੱਲੀਏ। ਉੱਧਰੇ ਬਾਪੂ ਹੈ ਨਾ ਜ਼ਿਆਦਾ ਹੀ ਐਡਮ ਕਰਾਉਂਦਾ ਗੱਡੀ ਚਲਾਉਂਦਾ ਵੀ ਐਡਮ ਕਰਾਉਂਦੇ ਉੱਧਰੇ ਹੈਂ ਉੱਧਰੇ। ਚੱਲ ਵੀ ਨਿੱਕੇ ਨਿੱਕੇ ਕੰਮ ਵੰਡ ਲਈਦੇ ਸਵੇਰੇ ਉੱਠ ਕੇ। ਮੈਂ ਬਾਪੂ ਅਤੇ ਮਾਂ ਵੀਰ ਨੇ ਪਰ ਲੱਗੇ ਰਹਿਣਾ ਸਾਰੇ ਦਿਨ ਆ ਰਹੇ। ਕਦੀ ਕੁਝ ਕਰ ਹੁਣ ਮਿਸਤਰੀ ਲੱਗ ਗਏ ਵਹਿ ਰੌਣਕ ਲੱਗੀ ਰਹਿੰਦੀ। ਕਦੀ ਕੁਝ ਸਮਾਨ ਮੋ ਗਿਆ ਕਦੀ ਕੁਝ ਮੋ ਗਿਆ। ਲੈ ਓਏ ਉਹ ਲੈ ਓਏ ਇੱਦਾਂ ਟਾਈਮ ਲੰਘ ਜਾਂਦਾ ਸਾਰਾ ਦਿਨ। ਗੁਰੀ ਵਾਰ ਉਜਲ 35-35 ਕਰਦੇ ਸ਼ਾਹ। ਤੇਲ ਪਾ ਦਿਓ ਫਿਰ ਅੱਜ। ਤੇਲ ਦੀ ਆ ਤੁਹਾਡੇ ਦੀ ਐਵਰੇਜ ਬਹੁਤ ਵਧੀਆ। ਪਤਾ ਨਹੀਂ ਕੀ ਚੱਕਰ ਆ। ਟੈਂਕੀ ਫੁੱਲ ਕਰਾਈ ਹਜੇ ਤੱਕ ਵੀ ਹੈਗਾ। ਮੈਂ ਚੱਲ ਪਵਾ ਲਈਏ ਅੱਜ। ਸਾਡੇ ਪਿੰਡ ਦੇ ਪੰਪ ਦਾ ਸਾਨੂੰ ਇਹੋ ਫਾਇਦਾ ਨਾ ਦਾਲ ਪਾਲੀ ਦਾ। ਲੈ ਵੀ ਮਿੱਤਰਾ ਅੱਜ ਫਿਰ ਤੇਰੀ ਟੈਂਕੀ ਫੁੱਲ ਕਰਾ ਦੇਣੀ। ਜਦੋਂ ਚੰਡੀਗੜ੍ਹ ਗਏ ਉਦੋਂ ਕਰਾਈ ਫੁੱਲ। ਇਹ ਆ ਕਿ ਉੱਥੇ ਅਸੀਂ ਫਿਰੇ ਤੁਰੇ ਨਹੀਂ ਸੀ ਅਤੇ ਇਹ ਆ ਕਿ ਉੱਨੀ ਟੈਂਕੀ ਫੁੱਲ 'ਚ ਅਸੀਂ ਵਾਪਸ ਆ ਗਏ। ਹੁਣ ਜਾਣਾ ਸਾਡਾ ਵਧੀਆ ਆ ਗਿਆ ਅਤੇ ਮੈਂ ਅੱਜ ਫਿਰ ਕਰਾ ਦਈਏ ਰਾਣੀ ਦੀ। ਇੱਕ ਸੱਚ ਕਮੈਂਟ ਆਇਆ ਵੀਰ ਦਾ ਕਹਿੰਦਾ ਸਕਰੀਨ ਖਰਾਬ ਹੈ ਜਿਹੜੀ ਬਲਿੰਕ ਕਰਦੀ। ਵੀਰੇ ਕੈਮਰੇ ਦੇ ਵਿੱਚ ਬਲਿੰਕ ਹੀ ਕਰਦੀ ਆ। ਤੁਸੀਂ ਆਪਣੇ ਫੋਨ ਦਾ ਖੋਲ੍ਹ ਕੇ ਵੇਖ ਲਿਓ ਕਿਤੇ ਗੱਡੀਆਂ ਦੀਆਂ ਸਕਰੀਨਾਂ ਹੁੰਦੀਆਂ ਨਾ ਕੈਮਰੇ 'ਚ ਬਲਿੰਕ ਹੀ ਕਰਦੀਆਂ ਹੁੰਦੀਆਂ ਤਕਰੀਬਨ। ਲਓ ਵੀ ਮਿੱਤਰੋ ਗੁਰੂ ਮਹਾਰਾਜ ਦੇ ਆਪਾਂ ਦਰਸ਼ਨ ਮੇਲੇ ਕਰ ਲਏ ਆ। ਇਹ ਸਾਡੇ ਨਾਲ ਘਰ ਦੇ ਲਾਗੇ ਜਗ੍ਹਾ ਬਾਬਾ ਜੀ ਦੀ। ਇੱਥੇ ਖੀਰ ਚੜ੍ਹਾਉਂਦੇ ਆ ਲੋਕ ਜਦੋਂ ਘਰ ਦੇ ਵਿੱਚ ਆਪਣੇ ਡੰਗਰ ਸੂੰਦੇ ਆ ਨਾ ਅਤੇ ਉਹ ਖੀਰ ਲੈ ਕੇ ਆਉਂਦੇ ਆ। ਕਾਫੀ ਫੇਮਸ ਹੈ ਜਗ੍ਹਾ ਜੀ। ਅਸੀਂ ਨਿੱਕੇ ਹੁੰਦੇ ਤੋਂ ਹੀ ਅਸੀਂ ਆਉਂਦੇ ਇੱਥੇ ਬਾਬਾ ਜੀ ਦੇ ਦਰਸ਼ਨ ਮੇਲੇ ਕਰਦੇ ਆਪਣੇ ਘਰ ਦੇ ਲਾਗੇ। ਕਈ ਵੀਰ ਆਉਂਦੇ ਹੁੰਦੇ ਘਰੇ ਉਹ ਕਹਿੰਦੇ ਹੁੰਦੇ ਬਾਈ ਅਸੀਂ ਬਾਬੇ ਸ਼ੇਖਪਤੇ ਆਏ ਸੀ ਕਿ ਸੋਚਿਆ ਚੱਲ ਤੈਨੂੰ ਵੀ ਮਿਲ ਚੱਲੀਏ। ਕਈ ਵੀਰ ਆਪਣੇ ਵਲੋਗ ਵੇਖਣਗੇ ਉਹਨਾਂ ਨੂੰ ਪਤਾ ਲੱਗ ਜਾਣਾ ਇਹ ਜਗ੍ਹਾ ਦਾ। ਲਓ ਵੀ ਮਿੱਤਰੋ ਵਰਕਆਊਟ ਆਪਾਂ ਲਿਆ ਕਰ ਅੱਜ। ਘਰ ਵਿਹਲਾ ਸੀ ਮੈਂ। ਮਿਸਤਰੀ ਮੁਸਤਰੀਆਂ ਸਮਾਨ ਲੈਣ ਮਾਂ ਵੀਰ ਨੂੰ ਭੇਜਿਆ ਸੀ। ਮੈਂ ਸੋਚਿਆ ਮੈਂ ਵਰਕਆਊਟ ਕਰ ਲਈਏ ਕਿਉਂਕਿ ਜਦੋਂ ਬੰਦਾ ਵਿਹਲਾ ਹੁੰਦਾ ਨਾ ਉਹਦਾ ਧਿਆਨ ਪੁੱਠੇ ਪਾਸੇ ਬਹੁਤ ਜਾਂਦਾ। ਠੀਕ ਹੈ। ਇਸ ਤੋਂ ਚੰਗਾ ਵਾ ਜਿਹੜੇ ਵੀਰ ਮੇਰੇ ਘਰ ਵਿਹਲੇ ਹੁੰਦੇ ਕੋਈ ਕੰਮ ਨਾ ਕਰਨ ਹੋਵੇ ਜਾਂ ਤਾਂ ਗੁਰਦੁਆਰਾ ਸਾਹਿਬ ਜਾਇਆ ਕਰੋ ਅਤੇ ਜਾਂ ਫਿਰ ਜਿੰਮ ਜੁੰਮ ਦਾ ਜੁਆਇਨ ਕਰੋ ਮੇਰਾ ਭਰਾ। ਜਿਹੜੇ ਬੰਦੇ ਵਿਹਲੇ ਆ ਚਲੋ ਜਿਹੜੇ ਕੰਮ ਕਰ ਵਾਲੇ ਉਹਨਾਂ ਵਾਸਤੇ ਜਿੰਮ ਜੁੰਮ ਦਾ ਟਾਈਮ ਕੱਢਣਾ ਬੜਾ ਔਖਾ ਵਾ ਅਤੇ ਪਰ ਜਿਹੜੇ ਵਿਹਲੇ ਭਰਾ ਘਰੇ ਜਿੱਦਾਂ ਸਾਡਾ ਮਾਂ ਵੀਰ ਆ ਉਹ ਹੁਣ ਜਿੰਮ ਨਹੀਂ ਆਉਂਦਾ। ਉਹ ਵਿਹਲਾ ਕਦੀ ਐਨੂੰ ਕਦੀ ਐਨੂੰ। ਇਹ ਆ ਕਿ ਉਹਨੂੰ ਆਹ ਲਾ ਛੱਡੀਦਾ ਸਮਾਨ ਲਿਖ ਕੇ ਦੇਵੀਦਾ ਕਿ ਆਹ ਸਮਾਨ ਤੂੰ ਲਿਆਉਣਾ। ਉਹ ਕੰਮ ਦਿਆਰੇ ਲੱਗਾ ਰਹਿੰਦਾ ਵਾ। ਜਿਹਨੂੰ ਉਹ ਕੰਮ ਦਿਆਰੇ ਨਾ ਲਾਈਏ ਵਿਹਲੇ ਨੇ ਕਦੀ ਐਨੂੰ ਨਿਕਲ ਜਾਣਾ ਕਦੀ ਇਹਨੂੰ ਨਿਕਲ ਜਾਣਾ ਵਾ। ਸੋ ਜਦੋਂ ਵਿਹਲੇ ਹੁੰਦੇ ਜੇ ਜਾਂ ਜਿੰਮ ਜਾਂ ਗੁਰੂ ਘਰ ਜਾਇਆ ਕਰੋ ਜਾਂ ਆਪਣੇ ਘਰ 'ਚ ਨਿੱਕੇ ਨਿੱਕੇ ਕੰਮ ਹੁੰਦੇ ਘਰ ਨੂੰ ਪੁੱਛ ਲਿਆ ਕਰੋ ਕਿ ਮੰਮੀ ਅੱਜ ਕੋਈ ਡੈਡੀ ਕੋਲ ਅੱਜ ਕੰਮ ਕਿਤੇ ਨਹੀਂ ਕਰਨ ਵਾਲਾ ਕੋਈ ਚੀਜ਼ ਨਹੀਂ ਲਿਆਉਣੀ ਸ਼ਹਿਰੋਂ ਇਹੋ ਜਿਹੇ ਕੰਮ ਕਰਦੇ ਰਿਹਾ ਕਰੋ। ਆਪੇ ਤੁਸੀਂ ਆਰੇ ਲੱਗੇ ਰਹਿਣਾ ਅਤੇ ਪੁੱਠੇ ਪਾਸੇ ਤੁਹਾਡਾ ਧਿਆਨ ਹੀ ਨਹੀਂ ਜਾਣਾ। ਸਲੋ ਗਈ ਲੱਗ ਗਿਆ ਆਪਣਾ ਜਿੰਮ। ਹਾਂ ਵੀ ਸਾਗਰਾ ਕਿਵੇਂ ਆ? ਲਾਉਣੀ ਪੈਣੀ ਆ। ਸੋਹਣਾ ਲੱਗਦਾ ਬਹੁਤ ਸੋਹਣਾ। ਥੈਂਕ ਯੂ ਮੇਰੀ ਜਾਨ।
ਸ਼ੀਸ਼ੇ ਦੇ ਕਾਲੇ ਕਰਾਤੇ ਆਪਾਂ ਉਹ ਕੀ ਬਗਾ ਉੱਪਰ ਹੱਥ ਜਾ ਉਹ ਮੈਂ ਹੱਥ ਇਸ ਕਰਕੇ ਬਗਾਇਆ ਕਿ ਜਿਹੜੇ ਵੀਰ ਭਰਾ ਨੇ ਗੱਡੀ ਦਾ ਫੋਟੋ ਖਿੱਚਣੀ ਆ ਖਿੱਚੋ ਪਰ ਗੰਦੇ ਹੱਥ ਨਾ ਲਾਓ ਇਹ ਲੀਕਾਂ ਉੱਤੇ ਬਹਿ ਜਾਂਦੇ ਨੇ ਲੀਕਾਂ ਮਾਰ ਦਿੰਦੇ ਯਾਰ ਉਹ ਲੀਕਾਂ ਵਗਿਆ ਉਹ ਲੀਕਾਂ ਇਦਾਂ ਹੀ ਉੱਤੇ ਬਹਿ ਬਹਿ ਕੇ ਪਾਈਆਂ ਹਾਂ ਕਈ ਮੇਰੇ ਆਪਣੇ ਸੱਜਣੀ ਆ ਕਈ ਮੇਰੇ ਆਪਣੇ ਯਾਰ ਮਾਰ ਕੇ ਛਾਲ ਚੜ ਜਾਂਦੇ ਬੋਨਟ ਤੇ ਉਹ ਸਾਰੇ ਲੀਕਾਂ ਪੈ ਜਾਂਦੀਆਂ ਬੂਟਾਂ ਨਾਲ ਹੋਰ ਨਹੀਂ ਗੱਲ ਕੋਈ ਤਾਂ ਕਰਕੇ ਵਗਾਇਆ ਉਹ दो तीन घंटे ला देने जेड ब्लैक जेड ब्लैक आई रख ली माड़ी जी जाली लाल करनी है भी जेड ही है मठी मठे ये काले है ना ओके रिपोर्ट है। हाँ जी उस्ताद जी सिक जाने धुप तुर पी गड्डी बस उतो हाँ आजूगी आजूगी अज घा थुड़ गया मैं मंगा लिया मैं नाल बूटे थोड़े भेज दो तो घा नाले भेज दो गुलाब इन्हों खेड भी गए परले पासे नुक्कर च ते दो बूटे मैं होर मंगा ले नाल दे ओ वेख के आपां लावांगे कित्थे आपां फोटो फड़ा जिद्दां खिचणियां होंदियां ना ये बहुत महंगा आया काला हो गया रिपोर्ट बस ओह ना गड्डी तुर पई इत्थों आवे निक्के निक्के नूं खिड़के फुल दे आवे हैना छोटा बूटा लेने सस्ता तो जरूर आता पर तैयार किन्ने चिर होना भी चीज है ना इतने बेलां लवाती वड्डा बूटा लगना इतने पै पैन थले इतने बेलां लवाती बाकी लाइटिंग कराने अज भड़के च ना आ बूटा लाइटिंग थले थले बड़ी सोहनी लगनी उच्च लाइटिंग घेरे घेरे सारी पट्टी लाइटिंग दी करा देनी ओके होना फिर काम ला भी पार्क करती है तैयार मित्रां ने बस चैंबर छतरी रह गई अपनी इतने लाने वाली मैस्टर है कैसर है उस्ताद जी ठीक ठाक जी साला सिर च ना पवे चलिए परले पासे किस्मत माड़ी हो साले हुंडे पिंदे ने पैप जे सही गल है कित्थे जाना है टोचन लैन दा गुरी उस्ताद ने अज चलो टोचन मुकाबला अज पाई पाइए कल पाइए हरमन कर दा हूं नहीं तो अज नहीं तो फिर कल तो बंदे फिर कल कर दें अज जगे भी आ जाना लूना भी इन्होंने चल इतें जगह सेंटर गया कि चले तीन चले जाना करा लिया फिर आज फिर टोचन देखी गुरी रिश्ता कड़ा लैके आया लो भी मित्रों टोचन भी लैन दी आप गुरी रिश्ता गया सर्च करा गड्डी की शहर कई काम कड आया है हूँ कई ने कहना गुरी पिछले ब्लॉग च नहीं है काम धंधे पाऊ बंडे होंगे कई ब्लॉगों महावीर नहीं हूँ कई ब्लॉगों बापू नहीं हूँ कई ब्लॉगों ढिलू 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 हों जी चीज आप लगते पटे वाली आ ज्यादा वधिया ना पटा टुट सकता वा पर आ चीज टुट नहीं खत्म है ना पटियाला पटियाला वेख लियो नहीं छोटा थोड़ी कि लावा भुखे मर्ज लगे गुरु बड़े दिन हो गए कच कि गड्डी ओए भर भर लिया अस्पताल है गुरु जान खो ट्रैफिक बड़ी है पलास दे देंगे महाराज गबरू की पकड़ पलास वर्गी है कला गुरी मैं पलास तो वध काम करता है गोरी बहू आ तेरे चीज लिया एक मैं तेरे लिए स्पेशल चीज मंगाई आले दो दर्जन तेरे तो मां भी मंगाई स्पेशल मैं गुरी उस्ताद शहर तेन भी गलिया करना भाऊ थैंक यू
रगड़ा यार अपने को लगना वो कीता वीर नु फोन ओ नहीं नहीं विच पावांगे पत्ते दूजे चार चार मैं समान दी क्वांटिटी पता कर सकदा पर ओदा लगना नहीं नहीं लाऊगा वीर ही ओ बड़ी ओके रिपोर्ट करवांदा भरा अपना बाबू कदों तोया आउन डया ऐ अज लिशका ही पूरा सुटे काला कुर्ता है मैं तो एक कोटी ऐ ऐ ऐ किथों आए जी ठीक है बाबा नहीं ठीक है तो तबीयत कदा नहीं नहीं आ साफ करा के ना काले नू बुढ़िया आखनी है दो साफ करन वास्ते ना खराब हो गया चंगी बड़ी हिट कुछ नहीं आया टैलां ढेरी काले पा वक्री लाउनी आपां ओह ना विच रखियो हां ओह वक्रियां टैलां बहुत महंगियां जी कोई नहीं कोई नहीं मनो की गल है पता हां हाँ पैंथरू तेनू वे इनू पहला प्यार कर लो है हाँ आ रगड़ देना यार अज मेरे पोते आए हाय आए हाय आए हाय इन जैलसी लगता आप किसी दूजे को प्यार करते ना है बड़ा उड्डो पैंता बाद टाली वाले जिदे वसते रहो है और बनाइए वीडियो हसे वाली है बाद टोलर वाला काम करते बाद चो बूंदी मंदी भी नहीं आगे वाह भाजी आंदियां गोरी ठोक दो साले गोरी अपने कौन तो रह जाए बाद चो गोरी ने क्या करना माता ने माता कहली घरे नहीं है दो तीन साल नी इदा छड़े मलंग रहना यस ना दो तीन ब्याह साला एक जरा होना भी नहीं मैसा लाने होना पहली गल आप अस छी बैठे अह करा अं करा ही नहीं वीर जी अह इदा रहना होना है बैठे धुप सेकन डे कमेंट पढ़न डे तो कई भी दोबारा दोबारा गल पुछते गुरी की लगता वा माँ भी स्टडी किन्नी आ है एक मैं होर पढ़न डे बई पुराने बलॉगों के चीज़ा सारी दसिया वा पुराने बलॉग वेख्या करो बार बार मैं भी दसदा चंगा नहीं लगता ठीक है पिछले भी ध्यान मारा करो पिछले किन्ने बलॉग पाए उन्होंने कई चीज़ा दसिया दोबारा दोबारा दस दो चंगी लगती हैं पिछले जो वेले तो पिछले बलॉग चेक करा करो हरेक गल का जवाब मिल जाए उन्होंने बिल्लू कित्थे गया बिल्लू का भी दस्या पिछले बलॉग के बिल्लू कित्थे आ वह भी तुम करो चेक पुराने बलॉग तुम वेंदे नहीं जे मेरा भरा जिन्हें नहीं वेखे वेखो तुम हर तेरे इंगलों जवाब मिल जाना क्यों करी उस्ताद धुप्पे मजा ही बड़ा आया तो वेख तो जगमग जगमग कर गल है हम लोगों ने कहना नशा कर देना वीर बिल्कुल क्लीन है यार होनी मैं दसिया कल बलॉग जिन्हें छड़नी हो नशा पता छड़ना है दस्यो मैंने पहला मन पक्का कर लो अपना क्यों कोई उस्ताद छड़ा देंगे है जे जे गाहक ज्यादा आ गए फिर मैं सेंटर खोल लेना डिगी भर के लिया
ਲੱਕੀ ਦਾ ਕਿਹੜਾ ਜੀ ਲੱਗਦਾ ਘਰੇ ਜਾ ਕੇ ਬਾਪੂ ਦੇ ਜਿਹੜੀ ਜਾਂਦਾ ਤੇਰੇ ਵੇਤਰੇ ਕੋਠੇ ਟੱਪੀ ਜਾਂਦਾ ਤੇਰੇ ਉਧਰੇ ਪੜਿਆ ਗਿਆ ਬਾਪੂ ਆਪਣੇ ਕੋਠੇ ਟੱਪੀ ਜਾਂਦਾ ਕੰਧਾ ਟੱਪਣ ਦੀ ਅੱਤ ਪਈ ਬਾਪੂ ਨੂੰ ਤਾਂ ਸੁਣ ਗਿਆ ਨਾ ਉਹਨੇ ਦੁਆਲੇ ਨਾ ਆਏ ਤੇ ਆਪਣੇ ਕੋਲ ਗੜੀ ਬੋਲਿਆ ਨਹੀਂ ਆਣਾ ਸੀਪ ਉਹਦੀ ਸਾਰੀ ਤਗੜੀ ਆ बापू ने लम्मे पौना पौना कुर्ता पड़ाना अपना मैं पता क्यों सुनिया कुड़ी दो हफ्ते बाद सेब खाधा मैं हजम नहीं होने खास मेरे जिते हथे रपीट हो जाती कुड़ी मूह सकी जाता सची अमृतसर ट्रैफिक बड़ी होती पुल पल बन डे राज घो का जी यार केड़ा जाऊगा क्योंकि घंटा एक जान घंटा आन ढाई तीन घंटे खराब हो जाते टाइम दे बहुत ज्यादा बंद है टाइम नहीं खराब करते यह चीजा गुरी स्टार सर्विस कराने गया गड्डी की फोन किया फिर लैके आया हम सारा कत तो बहार पा कम खड़ी है लीवर से हाँ मैं कि उधर वो की करी जाते मैं तुके लादे खड़ाया क्यों लै चल जे गुरी की बाजी पलाते लगा तू डेपे लगा गुरुआ है मित्रो जिम भी करता रेगुलर डाइट आली किल्ली नपती अज तो रोटियां थोड़ी कटाई करता है करिए जिम जुम शुरू होना गर्मियों आने वाली डोले डाले वाली जी बह दी पाकिट डोले डाले माड़े मोटे कदम कदम खा लिया करा नहीं हाँ मानो की लिया मंडे खाने हर एक मिनट आले आले ले हले बुलट की बैटरी बुलट की बैटरी छोटी है बैटरी कि तकड़ी गुरु है एक बुलट धक्के धक्के ਤੱਕੇ ਨਾ ਛੜੋ ਇਹਨਾਂ ਇਹ ਕਿ ਨਹੀਂ ਹੁੰਦਾ ਇਹ ਨਹੀਂ ਹੁੰਦਾ ਇਹ ਹੋ ਜਾਂਦਾ ਬੁਲਟ ਨੂੰ ਇਹਨੂੰ ਤੱਕੇ ਨਾ ਕਰ ਲਾਂਗੇ ਤੇ ਬੁਲਟ ਨਾਲ ਪੌਦਾ ਬੈਂਟ ਨੇ ਕਰ ਲੈਂਦੇ ਫਿਰ ਪਾਈਏ ਟੋਚ ਨਾ ਅੱਜ ਬੁਲਟ ਦਾ ਤਾਂ ਕੇਟੀ ਹੁੰਦਾ ਟੋਚਨ ਦੀ ਮੈਂ ਗੱਲ ਕੀਤੀ ਵੀਰਾਂ ਸਾਰਿਆਂ ਨਾਲ ਕਿ ਟੋਚਨ ਪਾਵਾਂਗੇ ਅੱਜ ਬੁਲਟ ਤਾਂ ਕੇਟੀ ਦਾ ਟੋਚਨ ਪਾ ਲੱਗੇ ਬਾਅਦ 'ਚ ਤੋਂ ਬਾਅਦ ਫਿਰ ਟਰੈਕਟਰ ਦਾ ਵੇਖਾਂਗੇ ਕੀ ਮਾਹੌਲ ਬਣਦਾ ਕਿ ਨਹੀਂ ਬਾਪੂ ਕਿੱਡਾ ਖੁਸ਼ ਹੋਣ ਡਿਆ ਬੇਟੇ ਫੋਨ ਤੇ ਲੱਗਾ ਜੀ ਹਾਂ ਕੀ ਜਾਂਦੇ ਬੜੇ ਖੁਸ਼ ਹੋਣ ਡੇ ਜੀ ਹੈ संगली पाया है कि चुके खड़ा है ओए पिदकू है पाब्लो चलिए बाहर चला चल तेरे हवा लगा ले बाहर दी है ओए ये शाह अंदर ही अच्छा इनू थोड़ा छोटा ना मैं अजे ता करके ये कहो थोड़ा ज्यादा ना अजे गुस्सा करता अच्छा हां ये किडुआ चल थक है कदी स्मेल आ चल चल कोई कद लगा मैं सोरा कर ला
ਕਮਰਾ ਦੂਰਾ ਕਰ ਲਾ ਮਾਸਾ ਸਭ ਸਹੀ ਹੋ ਗਏ ਡਰ ਗਿਆ ਜੀ ਹਾਂ ਪੈਂਥਰ ਲੈ ਹੁਣ ਹਾਂ ਪੈਂਥਰ ਆਉਣਾ ਤੂੰ ਵੀ ਬਾਹਰ ਪਾਬਲੋ ਏ ਹਾਂ ਪੁੱਤ ਕੀ ਆ ਇਹ ਬੂ ਪਾਣੀ ਨਾਲ ਸਾਫ਼ ਕਰੀ ਉਧਰੇ ਪੈਂਥਰੂ ਤੂੰ ਬੁੱਧ ਦੁਨੀਆ ਵਰਦਾ ਨੂੰ ਤੂੰ ਤਾਂ ਇੱਧਰ ਤਾਂ ਰਿਹਾ ਬੜੇ ਮੈਨੂੰ ਮੈਸੇਜ ਕਰਦੇ ਕਹਿੰਦੇ ਵੀ ਆਵਾਜ਼ ਸੁਣਨੀ ਲੈ ਸੁਣ ਲਓ ਬਾਜੇ ਦੀ ਪਾਬਲੋ ਓਏ ਉਹਨੂੰ ਕੱਢੀਏ ਬਾਹਰ ਖੋਜਾ ਪੈਂਥਰ ਛੱਡੀ ਖੁੱਲ੍ਹਾ ਮਾੜਾ ਜਿਹਾ ਚੱਲ ਪੈਂਥਰ ਹਾਂ ਲੈ ਲੈ ਹੋ ਸਾਲਾ ਇੱਧਰ ਆ ਇੱਧਰ ਆ ਤੇਰੀ ਮੈਂ ਭੈਣ ਨੂੰ ਇੱਧਰ ਆ ਤੇਰੀ ਇੱਧਰ ਚੱਲ ਚੱਪਲ ਲਾ ਲਈ ਤੇਰੇ ਦੁਆਲੇ ਸਾਲਿਆ ਉੱਤੇ ਹੁਣ ਹੁਣ ਉਹਦੇ ਵੱਲ ਹੁੰਦਾ ਨਹੀਂ ਆ ਅੰਦਰੋਂ ਕਿੱਡਾ ਔਖਾ ਹੋਣ ਡਿਆ ਸੀ ਲੋਸ ਸੁਣ ਲਓ ਆਵਾਜ਼ ਪਾਬਲੋ ਦੀ ਹਾਂ ਪਾਬਲੋ ਹਾਂ ਪੈਂਥਰੂ ਫਰੈਂਡਸ਼ਿਪ ਦੱਸ ਕੇ ਬਣ ਗਈ ਯਾਰ ਇੰਨਾ ਕੰਮ ਸੀ ਬਸ ਹੈ ਪੈਂਥਰ ਲੈ ਵੀ ਪੈ ਗਈ ਚਾਰੀ ਮਿੰਟ ਪੜ੍ਹਨ ਲਿਆ ਕਬੀਰ ਦਾ ਕਹਿਣ ਡਿਆ ਸੀ ਕਿ ਬਲੌਗ ਤੁਹਾਡੇ ਦੋ ਤਿੰਨ ਦਿਨ ਲੇਟ ਚੱਲਣ ਡੇ ਆ ਹਾਂ ਬਾਈ ਚੰਡੀਗੜ੍ਹ ਗਏ ਸੀ ਲੇਟ ਚੱਲਣ ਡੇ ਆ ਜਿਹੜਾ ਅੱਜ ਬਣਾਇਆ ਉਹ ਪਰਸੋਂ ਪਾਈ ਦਾ ਉਸ ਨਾਲ ਚੱਲਣ ਡੇ ਆ ਕਿ ਰੱਬ ਨਾ ਕਰੇ ਕਿ ਬਾਈ ਚਾਂਸ ਇੱਕ ਦਿਨ ਆਪਣਾ ਨਾਗਾ ਪੈ ਜਾਵੇ ਜਾਂ ਆਪਣੇ ਕੋਲ ਨਾ ਬਣਾਇਆ ਜਾਵੇ ਫਿਰ ਇਹ ਆ ਕਿ ਆਪਾਂ ਉਹ ਵਾਲਾ ਪੂਰਾ ਆ ਜੂਗੇ ਆ ਅਤੇ ਬਾਕੀ ਇਹ ਡੇਲੀ ਰੂਟੀਨ ਦੇ ਬਣੀ ਜਾਂਦੇ ਦੋ ਦਿਨ ਪਿੱਛੇ ਆ ਬਸ ਅੱਜ ਵਾਲਾ ਪਰਸੋਂ ਪੈਣਾ ਇੰਨਾ ਕੁ ਫਰਕ ਹੈਗਾ ਰਹਿ ਗਿਆ ਕੁਝ ਠੀਕ ਹੈ ਉਸਤਾਦ ਜੀ ਓਕੇ ਗਰੁੱਪ ਫੋਟ ਮਾਂ ਮੇਰਾ ਜੀ ਮਾੜਾ ਗਰੁੱਪ ਫੋਟ ਖਿੱਚਦੀ ਬੂ ਫੂਕੀ ਦੀ ਨਿਕਲੀ ਧੱਕਾ ਲਾਉਂਦੇ ਜੀ ਸਲੀਆ ਵਾ ਤੈਨੂੰ ਮੈਂ ਮਰ ਲਾਉਣਾ ਨਾ ਤੂੰ ਗਾੜੀ ਲੈ ਪਖੰਡ ਨਾ ਕਰਦਾਂ ਫੜ ਤੇਰੀ ਪਾਲਾ ਹਾਂ ਚਲਾ
ਫੇਰ ਬੰਦ ਹੋ ਗਿਆ ਜਾ ਫਰੀ ਉਧਰ ਲੈ ਇਹ ਨਿਕਲਣਾ ਏ ਆ ਗੋਰੀ ਆਉਣਾ ਵਾ ਐਦਾਂ ਵੀ ਹੋ ਜਾਂਦਾ ਜੇ मैं सारे पहला गां लाए लगा मैं तुरकना भैन मूस लगे बंद है पता नहीं लगना बंद कराओ छाड़ यार मेनू नहीं पता गल बुलेट की बैटरी इधर रखी थी बैटरी बुलेट रखी थी चार्ज हो चुकी थी चार्ज हो चुकी मामा सब तेरे काम सारे आ गुरु सब सही करा के रखता है भरा जाओ खड़ो आपे मेरी माँ आ गई मैं तो वीडियो चक्कर कुड़ी सब सही हो गया बना लो रील पाने वीडियो बनानी ही बना लो कोई नहीं लिया बैटरी रखो बुलेट की नवी लिया रखो गड्डी करंट नहीं है करंट मुक गया धक्का लगा लगे करंट पैंदा बैटरी करंट लिया मुक्का पे करंट आ गया एडी तगड़ा करंट जीत में कोई पाई नहीं बैटरी बुलेट नवी खा लेंगे बना के वीडियो में रील पाने सरमैटिक वाली वो भी चलो आ जाओ फिर वेखो कद चौकड़ा लेना पवे कद मोटरसा समेत बस बन गई नो ए गुड़ी भी तेरू मैं कह रहा जी रील बड़ा कुछ कर ली है कमाओ इसे क्लास इतने चलो पहले तुम कमा मुड़ के मैं कमाऊंगा है ठीक है एक गेड़ा निकला तेरे को पूरा मैं आप नहीं कमाया मैं उदा हता आया आंदा इधरों चलो ट्रैफिक बड़ा है ना तेरे पता उसे यू नो ट्रैफिक जाम ਲੈ ਵੀ ਮਤਰਾ ਫੋਟੋ ਸ਼ੂਟ ਲੱਗੇ ਕਰਨ ਬਾਪੂ ਨੇ ਪਾ ਲਿਆ ਕਾਲਾ ਕੁੜਤਾ ਮੈਂ ਫਿਲਹਾਲ ਫਿਰ ਸਵੇਰ ਦਾ ਪਾਇਆ ਸੀ ਮੇਰਾ ਸੁਰਮੇ ਰੰਗਾ ਜਿਹਾ ਪ੍ਰੈਸ ਕਰ ਲਿਆ ਮੇਰੇ ਯਾਰ ਹੈਂ ਸਮਾਜ ਚੱਕਰ ਗੋਰੀ ਦੀ ਤਾਂ ਗੱਡੀਆਂ ਮੈਂ ਲਾਤੀਆਂ ਗੱਡੀਆਂ ਲਾਉਣ ਦੀ ਜ਼ਿੰਮੇਵਾਰੀ ਮੇਰੇ ਕੋਲ ਸੀ ਉਹ ਮੈਂ ਲਾਇਆ ਠਾਂ ਟਕਾਣੇ ਹੁਣ ਫੋਟੋਆਂ ਖਿੱਚਣ ਦੀ ਜ਼ਿੰਮੇਵਾਰੀ ਉਸਤਾਦ ਜੀ ਅਤੇ ਕੱਪੜੇ ਪ੍ਰੈਸ ਕਰਕੇ ਪਾਉਣ ਦੀ ਗੋਰੀ ਦੀ ਅਤੇ ਸਰਪੰਚ ਨਹੀਂ ਲੱਗ ਗਏ ਉਹ ਤੁਰੇ ਫਿਰਦੇ ਤੁਰੇ ਉਹ ਸਰਪੰਚ ਨੂੰ ਚੱਜ ਲਿਆਉਂਦੇ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਮਿੱਤਰੋ ਵਲੌਗ ਤੁਸੀਂ 40 ਮਿੰਟ ਵੇਖ ਕੇ ਤੇ ਬਾਅਦ ਤੁਸੀਂ ਵਿਹਲੇ ਹੋ ਜਾਂਦੇ ਜੇ ਉਹ ਤੋਂ ਬਾਅਦ ਅਸੀਂ ਰੀਲਾਂ ਤੇ ਸਟੋਰੀਆਂ ਤੇ ਸਨੈਪਚੈਟ ਇੰਸਟਾ ਤੇ ਸਾਰਾ ਦਿਨ ਹੀ ਤਾਂ ਇਹੋ ਕੋਈ ਚੱਲਦਾ ਰਹਿੰਦਾ ਉੱਧਰ ਵੀ ਨਾਲ ਦੀ ਨਾਲ ਪਾਉਂਦੇ ਰਹੀਦਾ ਵਾ ਉੱਧਰ ਵੀ ਚੈੱਕ ਕਰ ਲਿਆ ਕਰੋ ਹੈਂ ਗੇੜਾ ਮਾਰਿਆ ਕਰੋ ਜਾ ਕੇ ਉਹ ਲੜੀ ਜਾਂਦੇ ਦੋਵੇਂ ਜਣੇ ਹੈਂ ਕਦੀ ਅੰਡੇ ਨਹੀਂ ਮੇਰੇ ਗਰਮ ਕੀਤੇ ਤੂੰ ਹਾਂ
ਮੰਨੇ ਆਉਂਦਾ ਦਿਵਾਲੇ ਹੋ ਗਏ ਤੇਰੇ ਯਾਰ ਹੈ ਪਹਿਲਾਂ ਤੋਂ ਮਸ਼ੀਨ ਖੜੀ ਵਾਲਾਂ ਦਾ ਕੀ ਬਣਾਇਆ ਵਾ ਪਹਿਲਾਂ ਖੜੇ ਕੀਤੇ ਹੁੰਦੇ ਅੱਜ ਡਿੱਪੇ ਤੈਨੂੰ ਬਣਾ ਦੀਆਂ ਉਹ ਕਰਾ ਕੇ ਕਰਾਓ ਇਹਨਾਂ ਬੰਦੇ ਤੇ ਬੁੱਢੀ ਤੇ ਬੰਦੇ ਤੇ ਬੁੱਢੀ ਬਣਦਾ ਉਹ ਕਰਾ ਦੋ ਇਹਨੂੰ ਚਾ ਵੜਾਈ ਬੁੱਢੀ ਬਣਦਾ ਹਾਂ ਨੱਤੀਆਂ ਜਿਹਾ ਪਾਲੀਆਂ ਬੁੱਢੀਆਂ ਵਾਲੀਆਂ ਕਾਲੀਆਂ ਗੁਰੂਆ ਤੁਸੀਂ ਦਿਵਾਲੇ ਹੋ ਗਏ ਮੁੰਡੇ ਦੇ ਆਉਂਦੇ ਹੈ ਇਹਨਾਂ ਸਲਾਹ ਕੀਤੀ ਮੰਨੇ ਸਾਰਿਆਂ ਨੇ ਪਹਿਲਾਂ ਹੀ ਤੇਰੇ ਤੂੰ ਤੁਰਿਆ ਆਉਣ ਡਿਆ ਨਾ ਕਿ ਸੀਪ ਤੇਰੇ ਤੇ ਲੱਗੇ ਬਾਪੂ ਨੇ ਤੈਨੂੰ ਗੱਲਾਂ ਹੀ ਪਈਆਂ ਹੈ ਥੈਂਕ ਯੂ ਭਰਾ ਇੰਨਾ ਪਿਆਰ ਦੇਣ ਲਈ ਹੈ ਕਿੰਨਾ ਟਾਈਮ ਲੱਗਾ ਇਹਨੂੰ ਬਣਾਉਣ ਲੱਗਿਆ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਆਏ ਮੇਰੇ ਕੋਲ ਤੇ ਇਸ ਭਰਾ ਦਾ ਜ਼ਿਆਦਾ ਜਿੰਨੇ ਆਹ ਚੀਜ਼ ਬਣਾ ਕੇ ਲਿਆਂਦੀ ਆ ਥੋੜੀ ਗੰਦੀ ਹੋਗੀ ਸਾਈਡ ਤੋਂ ਮੈਂ ਚੱਲ ਕੋਈ ਚੱਕਰ ਨਹੀਂ ਇੰਨਾ ਹੀ ਬੜਾ ਸ਼ਾਹ ਜੀ ਮੇਰੇ ਵਾਸਤੇ ਬਹੁਤ ਤਕੜੀ ਗੱਲ ਹੈ ਉਹ ਬੋਲੇ ਸਰਪੰਚਾ ਜਾ ਚਿਕਨ ਲਿਆਓ ਫੜ ਕੇ ਖਾਈਏ ਆਹ ਬਣਾ ਲੈਂਦੇ ਹਾਂ ਕਿ ਦੂਜਾ ਲਿਆਉਣਾ ਚਿਕਨ ਚਿਕਨ ਆਜੋ ਛੇਤੀ ਮੇਰਾ ਭਰਾ ਠੀਕ ਹੈ ਲੈ ਵੀ ਪਾਊ ਨੀ ਕਰਨ ਡੇ ਚਿਕਨ ਦੀ ਤਿਆਰੀ ਹੈ ਗੰਡਾ ਗੁੰਡਾ ਤਾਂ ਲਿਆ ਚੀਰ ਹੁਣ ਬੰਦੇ ਸਾਡੇ ਮੁੜਨ ਛੇਤੀ ਚਿਕਨ ਲੈ ਗਏ ਹੈ ਯਾਰ ਬਣਦੀ ਹੈ ਗੱਲ ਕਾਲਿਆਂ ਨਾਲ ਹੋਈ ਗੱਲ ਕਿੱਥੇ ਆ ਗਏ ਸੁਬਹ ਆਉਣਗੇ ਆਹੋ ਮੈਨੂੰ ਕਹਿਣ ਡਿਆ ਕਹਿੰਦਾ ਲਾ ਵੀ ਮਿੱਤਰ ਮੈਂ ਨਾ ਬੈਠਾ ਸੀ ਬਾਹਰ ਇੱਥੇ ਆ ਕੇ ਸਿੱਕਣ ਡਿਆ ਅਤੇ ਮੈਂ ਪੜ੍ਹਨ ਡਿਆ ਕਮੈਂਟ ਅਤੇ ਪਹਿਲਾਂ ਤਾਂ ਤੁਹਾਡਾ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਅਤੇ ਲਵ ਯੂ ਸਾਰਿਆਂ ਨੂੰ ਮੇਰੇ ਵੱਲੋਂ ਦਿਲੋਂ ਬਹੁਤ ਬਹੁਤ ਪਿਆਰ ਅਤੇ ਤਕਰੀਬਨ ਵਿੱਚ ਵੀਰਾਂ ਦੇ ਲਵ ਯੂ ਦੇ ਮੈਸੇਜ ਆਏ ਕਿ ਲਵ ਯੂ ਬਰੋ ਤੇਰੇ ਵਲੋਗ ਵੇਖ ਕੇ ਬਹੁਤ ਵਧੀਆ ਲੱਗਦਾ ਆ ਅਤੇ ਬਈ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਮੈਂ ਬਣਾਉਂਦਾ ਵਾਂ ਅਤੇ ਜਦੋਂ ਤੁਸੀਂ ਇਹੋ ਜਿਹੇ ਕਮੈਂਟ ਕਰਦੇ ਜੇ ਫਿਰ ਮੈਂ ਕੁਝ ਨਾ ਕੁਝ ਹੋਰ ਸੋਚਦਾ ਕਈ ਵੀਰਾਂ ਨੇ ਕਮੈਂਟ ਵੀ ਕੀਤੇ ਹੁੰਦੇ ਆਹ ਚੀਜ਼ ਬਣਾਓ ਆਹ ਚੀਜ਼ ਬਣਾਓ ਹੁਣ ਰੋਜ਼ ਰੋਜ਼ ਕੰਮ ਵੀ ਨਾਲ ਕਰਨੇ ਹੁੰਦੇ ਆ ਫਿਰ ਵੀ ਉਹ ਚੀਜ਼ਾਂ ਵਿੱਚ ਨਾਲ ਕਿਉਂਕਿ ਇੱਕ ਵਾਰ ਸਾਰੀ ਚੀਜ਼ਾਂ ਬਣ ਨਹੀਂ ਜਾਣੀਆਂ ਜਿੰਨੇ ਵੀਰ ਕਮੈਂਟ ਕਰਦੇ ਆ ਅਤੇ ਸੋ ਲੱਗੇ ਰਹਿੰਦੇ ਹੌਲੀ ਹੌਲੀ ਬਣਾਈ ਜਾਣ ਡੇ ਹਾਂ ਅਤੇ ਇੱਕ ਬਾਈ ਨੇ ਵਿੱਚ ਪੁੱਛਿਆ ਸੀ ਕਿ ਕਥਾ ਕਿਹੜੇ ਬਾਬਾ ਜੀ ਸੁਣਦੇ ਜ਼ਿਆਦਾ ਬਾਬਾ ਜੀ ਆਪਣੇ ਬਾਈ ਜੀ ਬਾਬਾ ਬੰਤਾ ਸਿੰਘ ਜੀ ਆ ਬਾਬਾ ਬੰਤਾ ਸਿੰਘ ਜੀ ਰਿਮਿਕਸ ਕਥਾ ਭਰ ਲਿਓ ਯੂਟਿਊਬ 'ਤੇ ਸਰਚ ਮਾਰ ਲਿਓ ਸਾਊਂਡ ਕਲਾਊਡ 'ਤੇ ਮਾਰ ਲਿਓ ਅਤੇ ਉਹ ਗਾੜੀ ਤੁਹਾਨੂੰ ਕਥਾ ਉਹਨਾਂ ਦੇ ਹੋਰ ਨਿਕਲਦੀਆਂ ਆਉਣੀਆਂ ਆਪਣੀਆਂ ਜਦੋਂ ਤੁਸੀਂ ਸਰਚ ਮਾਰੋਗੇ ਨਾ ਥੱਲੇ ਨਿਕਲ ਆਉਣੀਆਂ ਸਾਰੀਆਂ ਉਹਨਾਂ ਵਿੱਚੋਂ ਤੁਸੀਂ ਜਦੋਂ ਫਰੀ ਟਾਈਮ ਬੈਠੇ ਹੁੰਦੇ ਜੇ ਸੁਣਿਆ ਕਰੋ ਜ਼ਰੂਰ ਅਤੇ ਬਾਕੀ ਹੋਰ ਵੀ ਕਮੈਂਟ ਮੈਂ ਪੜ੍ਹਨ ਲਿਆ ਬਹੁਤ ਸੋਹਣੇ ਪੜ੍ਹ ਕੇ ਖੁਸ਼ੀ ਹੁੰਦੀ ਆ ਜਦੋਂ ਵੀਰ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਅਤੇ ਲਵ ਯੂ ਸਾਰੇ ਭਰਾਵਾਂ ਨੂੰ ਲੈ ਆਉਂਦਾ ਚਿਕਨ ਉਹ ਦੇ ਦਿਓ ਭਾਗੂ ਉਹ ਬਣਾਉਣਗੇ ਅੱਜ ਹੈ ਕੀ ਆ ਠੰਡ ਲੱਗਦੀ ਕੱਪੜੇ ਲਾ ਕੇ ਲਿਆਈਏ ਉਹ ਪੌੜੀ ਦੇੜ ਲਈ ਅਸੀਂ ਹੁਣ ਵੀ ਜਾਣਾ ਪੈਣ ਡਿਆ ਰਾਜਾ ਆ ਜਾ ਤੂੰ ਸਾਰਾ ਥੱਲੇ ਪੌੜੀ ਨਾ ਲਾ ਦੀ ਮੈਨੂੰ ਤਾਂ ਪਤਾ ਵੀ ਕੋਈ ਨੀ ਗੋਰੀ ਹੈ ਬਾਪੂ ਨੇ ਖਿੱਚਤਾ ਆਪਾਂ ਨੂੰ ਕੀ ਕੱਪੜੇ ਹੈਗੇ ਕੱਪੜੇ ਉੱਤੇ ਨਹੀਂ ਹਾਂ ਲਾਤੇ
ਗਰੂਆ ਲੈ ਸਾਡਾ ਫੁੱਦੂ ਖੇਤ ਭਾਈ ਕੱਪੜੇ ਲਾ ਕੇ ਲੈ ਗਏ ਹੈ ਹੁਣ ਤੂੰ ਨਾ ਖੇਤੀ ਲੈ ਵੀ ਲਾ ਦੇ ਸਰਪੰਚ ਕੁੱਟ ਖਾਂਗਾ ਥੱਲੇ ਆ ਗਏ ਆ ਹੀ ਜਾਣਾ ਕਿਸੇ ਪਾਸੇ ਦਾਣੀ ਮੈਂ ਤਾਂ ਦੱਸਣਾ ਆ ਹੀ ਜਾਣਾ ਕਿਸੇ ਨਾ ਕਿਸੇ ਪਾਸੇ ਦਾਣੀ ਚਾਦਰ ਚ ਪਾ ਕੇ ਕੁੱਟਣਾ ਹੀ ਆਉਣੀ ਤੁਹਾਨੂੰ ਲੱਗਣੇ ਆਲੂ ਆਲੂ ਦੱਸ ਦੀ ਜਾਂਦਾ ਮੰਮੀ ਸਾਨੂੰ ਦੱਸਿਆ ਨਾ ਤੁਸੀਂ ਤੇ ਅੱਛਾ ਮਿਸਤਰੀ ਯਾਰ ਮਿਸਤਰੀ ਨੇ ਦੱਸਿਆ ਸਾਨੂੰ ਅਸੀਂ ਪੌੜੀ ਚੜ੍ਹਨਾ ਮਿਸਤਰੀ ਨੇ ਦੱਸਿਆ ਨੀ ਇੱਕ ਵੀ ਕੱਪੜੇ ਲਾਏ ਵੀਰ ਜੀ ਕਿਤੇ ਚੱਲੇ ਜੀ ਹੈਂ ਥੱਲੇ ਕਿੱਧਰ ਆਉਣਾ ਸਾੜੇ ਪੌੜੀ ਲਾ ਤੂੰ ਸਾਲਿਆ ਪਹਿਲਾਂ ਉਤਰ ਆਇਆ ਆਏ ਵੇਖਿਓ ਕਦੇ ਉਹ ਕੰਮ ਨਾ ਜੇ ਕਦੇ ਵੀਡੀਓ ਵਾਲਾ ਇੱਕ ਪੌੜੀ ਕਿਸੇ ਟਪ 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 ਇੱਕੋ ਪੈਰ ਕਿਸ ਗਿਆ ਨਾ ਮੰਮੀ ਆ ਮੈਨੂੰ ਪੱਕਾ ਹੀ ਆ ਗਿਆ ਬੈਗ ਗੱਲ ਸਹੀ ਮਾਤਾ ਤੇਰੀ ਵੈਸੇ ਯਾਰਾਂ ਨਾਲ ਬਹਾਰਾਂ ਹੋ ਜਾਂਦੀਆਂ ਇੱਥੇ ਨਹੀਂ ਮਾਤਾ ਹੁਣ ਇੱਥੇ ਰਹਿਣਾ ਅਸੀਂ ਕੋਈ ਨੀ ਹੈ ਹੁਣ ਇੱਥੇ ਹੀ ਆ ਹੁਣ ਇਹੋ ਚੰਡੀਗੜ੍ਹ ਬਣਾ ਦੇਣਾ ਇੱਥੇ ਰੌਣਕ ਲੱਗਣੀ ਹਾਂ ਚੰਡੀਗੜ੍ਹ ਜਿੰਨੇ ਆਪਾਂ ਚੰਡੀਗੜ੍ਹ ਭਰਾ ਉਹਨਾਂ ਇੱਥੇ ਸਦਲਿਆ ਕਰਨਾ ਇੱਥੇ ਸਦਲਿਆ ਕਰਨਾ ਅਸੀਂ ਲੈ ਵੀ ਬਾਬੇ ਦੀ ਕਿਰਪਾ ਨਾਲ ਕੰਮ ਦੂਹੋ ਦੂ ਖਿੱਚਿਆ ਪਿਆ ਹੈ ਲੈ ਵੀ ਉਸਤਾਦ ਪਾਤਾ ਹੀ ਰੇਜੇ ਕਿੰਨਾ ਟਾਈਮ ਲੱਗੂ ਹੁਣ ਰੰਗ ਹੀ ਬੜਾ ਸੋਹਣਾ ਕੱਢਿਆ ਅੱਜ ਕੱਲ੍ਹ ਇੱਧਰ ਤੇ ਕਾਹਨੂੰ ਗੱਲਾਂ ਕਾਹਨੂੰ ਮੈਨੂੰ ਪੁਰਤੀਆਂ ਚੈੱਕ ਕਰ ਦੋ ਇੱਧਰ ਹੈ ਗੋਰੀ ਕਾਬੂ ਆ ਗਿਆ ਤੁਹਾਡਾ ਪੁਰਾ ਜੇ ਮਹਾਵੀਰਾਣੀ ਜਿਮ ਚਲ ਗਈ ਤੂੰ ਚੰਗਾ ਤਾਂ ਨਾ ਚਲ ਜਾਂਦਾ ਗੁਰੂਆ ਏਦੀ ਗੱਡੀ ਭਜਾਉਂਦੇ ਨਾ ਗੁਰੂਆ ਇਹ ਤੇ ਗੁਰੀ ਦੋਵੇਂ ਗੱਡੀ ਦੀ ਬਹੁਤ ਗੜੀ ਨੱਪਦੇ ਸਰਪੰਚ ਮੇਰੇ ਨਾਲ ਨੀ ਜਿੰਮ ਜਾਂਦਾ ਉਹਨੂੰ ਪਤਾ ਭਾਜੀ ਨੇ ਲਵਾ ਦੇਣਾ ਠੋਕ ਕੇ ਅੱਜ ਮੈਂ ਜਿੰਮ ਨਹੀਂ ਕਿਹਾ ਤਾਂ ਅੱਜ ਗੁਰੀ ਨੇ ਚਲ ਗਿਆ ਵਾ ਉਹ ਪੂਰੀਆਂ ਸਕੀਮਾਂ 'ਤੇ ਰਹਿੰਦਾ ਵਾ ਮੈਨੂੰ ਪਹਿਲਾਂ ਪਤਾ ਗੱਡੀ ਇਹੋ ਚਲਾਉਣੇ ਦੰਦ ਕਿਹੜੇ ਨੇ ਸਾਲੇ ਇਹਨਾਂ ਨੂੰ ਇਹ ਕਿਹਨੇ ਵੇਖ ਲਿਆ ਹੁਣ ਹੌਲੀ ਨਹੀਂ ਆ ਜਾਂਦਾ
ਉਤਰਿਆ ਤਾਂ ਤੂੰ ਇਧਰੋਂ ਮੁੱਕਰ ਜਾ ਮਾਮਾ ਹੁਣ ਪੈਰ ਤੇ ਮੁੱਕਰੀ ਜਾਂਦਾ ਵਾ ਸਟੇਅਰਿੰਗ ਪਰਲੇ ਪਾਸੇ ਨਾ ਕਿੱਦਾਂ ਇਹਦਾ ਉੱਥੋਂ ਛੱਡੀ ਗੱਡੀ ਉਸ ਵੀ ਭੈਣ ਦੀ ਚੱਕਾ ਕਿ ਤੇ ਨਾ ਕਿਤੇ ਖਾਲੀ ਕੜਾ ਲਿਆ ਨਹੀਂ ਮਾਮਾ 3 ਕਿਲੋ ਚਿਕਨ ਹੈ ਗੁੱਗੂ ਆ ਮਾਮਾ ਭੁੱਖ ਲੱਗੀ ਮੈਂ ਇਦਾਂ ਖਾਲੀ ਕੁੜੀ ਤੇ ਪ੍ਰਸਾਦੇ ਵੀ ਤਿਆਰ ਹੈ ਤੇਰੇ ਤਿਆਰ ਹੁੰਦੇ ਗਰਮਾ ਗਰਮ ਗਰਮਾ ਗਰਮ ਰੋਟੀਆਂ ਨਾਲ ਨਾਲ ਪੱਕਣਗੀਆਂ ਤੇ ਨਾਲ ਨਾਲ ਆਪਾਂ ਖਾਵਾਂਗੇ ਕੁੱਕਰ ਪੁੜ ਗਿਆ ਤਾਂ ਸ਼ਾ ਕੰਮ ਦੇ ਸਾਰਾ ਘਾਤਾ ਯਾਰ ਤੁਸੀਂ ਉਦੋਂ ਦੇ ਤੁਹਾਨੂੰ ਕਿੱਥੇ ਲੱਭੇ ਨੂੰ ਤੁਸੀਂ ਹੈ ਉਹ ਲਿਆ ਭਰਾਵਾ ਸਰਪੰਚਾ ਇੱਥੇ ਗੁਰੀ ਨੇ ਬਾਟਾ ਵੱਡਾ ਹੀ ਲਾ ਲਿਆ ਇੱਧਰ ਵੇਲਾ ਹੈ ਚੌਲ ਖੜਾ ਚੌਲ ਨਹੀਂ ਰੋਟੀ ਦੇ ਦੇ ਮੈਨੂੰ ਚੌਲ ਵੀ ਹੋਏ ਨੇ ਰੋਟੀ ਜਾਂ ਰੋਟੀ ਫੜਾ ਮੈਨੂੰ ਉਹ ਦੋ ਫੜਾ ਦੇ ਬਸ